ਪੰਜਾਬ ਦੇ ਵਿੱਚ ਇਸ ਵੇਲੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੈਂਡੀਡੇਟਸ ਦੀ ਕਮੀ ਜੱਗ ਜ਼ਾਹਰ ਹੈ। ਪਾਰਟੀਆਂ ਕੋਲ ਕੈਂਡੀਡੇਟਸ ਇਸ ਵੇਲੇ ਮਿਲ ਨਹੀਂ ਰਹੇ। ਕੋਈ ਇੱਧਰੋਂ ਫੜਦਾ, ਕੋਈ ਕਿਸੇ ਕੋ ਧਾਰਾ ਫੜ ਰਿਹਾ, ਕੋਈ ਕਿਸੇ ਨੂੰ ਪਤਿਆ ਰਿਹਾ, ਕੋਈ ਕਿਸੇ ਨੂੰ ਕੋਈ ਲਾਲਚ ਦੇ ਰਿਹਾ, ਅਤੇ ਇੱਦਾਂ ਕਰਕੇ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਪੰਜਾਬੀ ਦੇ ਵਿੱਚ ਨੱਗ ਪੂਰੇ ਕਰਨ ਵਾਲੀ ਗੱਲ ਇਸ ਵੇਲੇ ਪੰਜਾਬ ਦੇ ਵਿੱਚ ਬਣੀ ਪਈ ਆ। ਇਹ ਗੱਲ ਇਸ ਕਰਕੇ ਸਾਬਤ ਵੀ ਹੁੰਦੀ ਆ ਅਤੇ ਇਹਨੂੰ ਕਹਿ ਸਕਦੇ ਹਾਂ ਵੀ ਇੱਥੇ ਪ੍ਰਮਾਣਕ ਵੀ ਹੁੰਦੀ ਆ, ਇਹਦੇ ਉੱਤੇ ਮੋਹਰ ਵੀ ਲੱਗਦੀ ਹੈ ਕਿ ਜੋ ਕੁਝ ਸੁਸ਼ੀਲ ਰਿੰਕੂ ਹੋਣਾ ਨੇ ਕੀਤਾ। ਸੁਸ਼ੀਲ ਰਿੰਕੂ ਹੋਣੀ ਜਿਹੜਾ ਉਹ ਬਸਪਾ ਤੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕਰਦੇ ਆ, ਬਾਅਦ ਦੇ ਵਿੱਚ ਉਹ ਕਾਂਗਰਸ ਦੀ ਟਿਕਟ ਤੋਂ ਜਿਹੜਾ ਵਿਧਾਇਕ ਬਣਦੇ ਆ ਅਤੇ ਬਾਅਦ 'ਚੋਂ ਆਮ ਆਦਮੀ 'ਚ ਚਲੇ ਜਾਂਦੇ ਆ ਅਤੇ ਬਾਅਦ 'ਚੋਂ ਮੋੜਾ ਕੱਟ ਕੇ ਚਲੇ ਜਾਂਦੇ ਭਾਜਪਾ ਦੇ ਵਿੱਚ। ਇਸੇ ਤਰ੍ਹਾਂ ਸ਼ੀਤਲ ਅੰਗੁਰਾਲ ਵੀ ਆ। ਸ਼ੀਤਲ ਅੰਗੁਰਾਲ ਜਿਹੜੇ ਆ ਉਹ ਵੀ ਆਪਣਾ ਸਿਆਸੀ ਸਫ਼ਰ ਭਾਜਪਾ 'ਚੋਂ ਸ਼ੁਰੂ ਕਰਦੇ ਆ, ਵਿਧਾਇਕ ਆਮ ਆਦਮੀ ਤੋਂ ਬਣਦੇ ਆ ਅਤੇ ਮੁੜ ਕੇ ਫਿਰ ਵਿਚਕਾਰ ਹੀ ਪਾਰਟੀ ਨੂੰ ਛੱਡ ਕੇ ਫਿਰ ਭਾਜਪਾ 'ਚ ਚਲੇ ਜਾਂਦੇ ਆ। ਇਸੇ ਤਰ੍ਹਾਂ ਚੱਬੇਵਾਲ ਸਾਹਿਬ ਨੇ, ਰਾਜਕੁਮਾਰ ਚੱਬੇਵਾਲ ਜਿਹੜੇ ਆ ਇਹ ਵੀ ਆਪਣਾ ਸਿਆਸੀ ਸਫ਼ਰ ਕਾਂਗਰਸ ਤੋਂ ਸ਼ੁਰੂ ਕਰਦੇ ਆ, ਆਮ ਆਦਮੀ ਪਾਰਟੀ ਨੂੰ ਭੰਡਦੇ ਵੀ ਆ ਰੱਜ ਕੇ, ਅਤੇ ਮੁੜ ਕੇ ਜਿਹੜਾ ਫਿਰ ਇਹ ਉਸੇ ਆਮ ਆਦਮੀ ਪਾਰਟੀ ਦੇ ਨਾਲ ਚਲੇ ਜਾਂਦੇ। ਇਸੇ ਤਰ੍ਹਾਂ ਬੀਬੀ ਪ੍ਰਨੀਤ ਕੌਰ ਹੋਣੀ, ਕਾਂਗਰਸ ਤੋਂ 4 ਵਾਰ ਦੇ ਉਹ ਲੋਕ ਸਭਾ ਦੇ ਸੰਸਦ ਰਹੇ। ਕੈਪਟਨ ਅਮਰਿੰਦਰ ਸਿੰਘ ਜਿਹੜੇ ਆ ਉਹ ਭਾਜਪਾ 'ਚ ਚਲੇ ਗਏ, ਅਤੇ ਉਹ ਤੋਂ ਬਾਅਦ ਜਿਹੜਾ ਅੱਜ ਕੱਲ੍ਹ ਦੇ ਵਿੱਚ ਹੀ ਬੀਬੀ ਪ੍ਰਨੀਤ ਕੌਰ ਹੋਣੀ ਵੀ ਜਿਹੜਾ ਭਾਜਪਾ 'ਚ ਚਲੇ ਗਏ। ਰਵਨੀਤ ਬਿੱਟੂ ਤਾਂ ਉਸ ਖਾਨਦਾਨ 'ਚੋਂ ਆਉਂਦੇ ਆ ਜਿਨ੍ਹਾਂ ਦਾ ਕਿਹਾ ਜਾਂਦਾ ਵੀ ਬਹੁਤ ਜ਼ਿਆਦਾ ਕੁਰਬਾਨੀਆਂ ਕੀਤੀਆਂ ਪੰਜਾਬ ਵਾਸਤੇ। ਮਰਹੂਮ ਬੇਅੰਤ ਸਿੰਘ ਹੋਣਾ ਦੀ ਜਿਹੜਾ ਅਸੈਸੀਨੇਸ਼ਨ ਸੀਗੀ ਉਹਨੂੰ ਸਾਰੇ ਜਾਣਦੇ ਆ, ਇਹ ਉਹਨਾਂ ਦੇ ਪੋਤੇ ਆ। 3 ਵਾਰ ਦੇ ਇਹ ਲੋਕ ਸਭਾ ਮੈਂਬਰ ਸੀਗੇ, ਅਤੇ ਬਾਅਦ 'ਚੋਂ ਇਹਨਾਂ ਨੂੰ ਲੱਗਾ ਵੀ ਨਹੀਂ ਸਹਿਬ, ਜਿਹੜੀ ਮੇਰੀ ਮਾਂ ਪਾਰਟੀ ਹੈ ਕਾਂਗਰਸ ਹੈ, ਇਹਨਾਂ ਕੋਲ ਕੁਝ ਹੋ ਨਹੀਂ ਰਿਹਾ ਕਾਂਗਰਸ ਦੇ ਵਿੱਚ, ਹੁਣ ਉਹ ਦਮ ਰਿਹਾ ਨਹੀਂ, ਮੈਂ ਭਾਜਪਾ 'ਚ ਚਲੇ ਜਾਂਦਾ। ਤਾਂ ਇਸੇ ਤਰ੍ਹਾਂ ਹੀ ਅੱਜ ਧਰਮਵੀਰ ਗਾਂਧੀ ਜਿਹੜੇ ਪਟਿਆਲਾ ਤੋਂ 2014 ਦੇ ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ਦੇ ਉੱਤੇ ਸੰਸਦ 'ਚ ਪਹੁੰਚੇ ਸੀਗੇ, ਅੱਜ ਉਹ ਕਾਂਗਰਸ 'ਚ ਚਲੇ ਗਏ। ਜਦੋਂ ਉਹਨਾਂ ਨੂੰ ਪੱਤਰਕਾਰਾਂ ਨੇ ਇਹ ਗੱਲ ਕਹੀ ਕਿ ਤੁਸੀਂ ਤਾਂ ਜਦੋਂ ਆਮ ਆਦਮੀ ਪਾਰਟੀ ਛੱਡੀ ਸੀਗੀ ਉਸ ਵਕਤ ਤੁਸੀਂ ਆਮ ਆਦਮੀ ਪਾਰਟੀ ਨੂੰ ਨਿੰਦਦੇ ਹੁੰਦੇ ਸੀਗੇ, ਤੁਸੀਂ ਕਹਿੰਦੇ ਸੀ ਇਹ ਪਾਰਟੀ ਵਧੀਆ ਕੋਈ ਨਹੀਂ, ਤਾਂ ਫਿਰ ਡਾਕਟਰ ਧਰਮਵੀਰ ਗਾਂਧੀ ਇਹ ਗੱਲ ਕਹਿੰਦੇ ਆ, ਕਹਿੰਦੇ ਦਰਅਸਲ ਮੇਰੀ ਕੋਈ ਨਿੱਜੀ ਲੜਾਈ ਹੈ ਨਹੀਂ ਸੀ। ਇੱਥੇ ਮੈਂ ਇਹ ਵੀ ਦੱਸ ਦੇਵਾਂ ਵੀ ਸਿਆਸਤਦਾਨਾਂ ਦਾ ਇਹ ਪੈਟ ਡਾਇਲੋਗ ਹੁੰਦਾ, ਜਦੋਂ ਇਹਨਾਂ ਨੇ ਮੂੜਾ ਕੱਟਣਾ ਹੋਵੇ, ਜਦੋਂ ਇਹਨਾਂ ਨੇ ਜਿਹੜਾ ਯੂਟਰਨ ਲੈਣਾ ਹੋਵੇ ਤਾਂ ਇਹ ਕਹਿ ਦਿੰਦੇ ਵੀ ਮੇਰੀ ਨਿੱਜੀ ਲੜਾਈ ਥੋੜ੍ਹੀ ਸੀ, ਮੇਰੀ ਲੜਾਈ ਤਾਂ ਜਿਹੜੀ ਸੀਗੀ ਉਹ ਵਿਚਾਰਧਾਰਾ ਦੀ ਲੜਾਈ ਸੀ। ਇਹੀ ਉਹਨਾਂ ਨੇ ਵੀ ਕਿਹਾ, ਕਹਿੰਦੇ ਮੇਰੀ ਅਰਵਿੰਦ ਕੇਜਰੀਵਾਲ ਨਾਲ ਤਾਂ ਕਿਸੇ ਕਿਸਮ ਦੀ ਕੋਈ ਲੜਾਈ ਹੈ ਹੀ ਨਹੀਂ ਸੀ, ਮੇਰੀ ਤਾਂ ਵਿਚਾਰਾਂ ਦੀ ਲੜਾਈ ਸੀਗੀ। ਅਰਵਿੰਦ ਕੇਜਰੀਵਾਲ ਜਿਹੜੇ ਡਿਸੀਜਨ ਲੈ ਰਹੇ ਸੀ, ਯਾਨੀ ਕਿ ਪਾਰਟੀ ਜਿਹੜੇ ਡਿਸੀਜਨ ਲੈ ਰਹੀ ਸੀ ਉਹ ਮੈਨੂੰ ਮਨਜ਼ੂਰ ਨਹੀਂ ਸੀ, ਇਸੇ ਦੇ ਚੱਲਦਿਆਂ ਜਿਹੜਾ ਮੈਂ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਦਿੱਤਾ। ਹੁਣ ਧਰਮਵੀਰ ਗਾਂਧੀ ਜਿਹੜੇ ਆ ਇਹ ਕਾਂਗਰਸ ਦੇ ਕੈਂਡੀਡੇਟ ਵੀ ਹੋਣਗੇ ਪਟਿਆਲਾ ਤੋਂ, ਕਿਉਂਕਿ ਕਾਂਗਰਸ ਕੋਲ ਇਸ ਵੇਲੇ ਕੈਂਡੀਡੇਟ ਹੈ ਨਹੀਂ। ਇਹ ਜੇ ਆਪਾਂ ਗੱਲ ਪਹਿਲਾਂ ਡਿਸਕਸ ਕਰ ਚੁੱਕੇ ਹਾਂ, ਕਿਸੇ ਪਾਰਟੀ ਕੋਲ ਵੀ ਕੈਂਡੀਡੇਟ ਹੈ ਨਹੀਂ। ਈਵਨ ਕਿ ਆਮ ਆਦਮੀ ਪਾਰਟੀ ਵੀ ਦੇਖੋ ਤੁਸੀਂ, ਚੱਬੇਵਾਲ ਸਾਹਿਬ ਨੂੰ ਲੈਣਾ ਵਾ, ਰਾਜਕੁਮਾਰ ਚੱਬੇਵਾਲ ਹੋਣਾ ਨੂੰ ਕਾਂਗਰਸ ਤੋਂ ਆਪਣੇ ਵੱਲ ਲਿਆਏ ਆ, ਅਤੇ ਕਿਆਸ ਰਾਈਆਂ ਨੇ ਔਰ ਲਗਭਗ ਇਹ ਗੱਲ ਕਨਫਰਮ ਹੀ ਆ ਕਿ ਉਹਨਾਂ ਨੂੰ ਜਿਹੜਾ ਟਿਕਟ ਮਿਲ ਸਕਦੀ ਹੈ। ਖੈਰ, ਹੁਣ ਇਸੇ ਤਰ੍ਹਾਂ ਰਵਨੀਤ ਬਿੱਟੂ ਵੀ ਨੇ, ਰਵਨੀਤ ਬਿੱਟੂ ਜਿਹੜੇ ਆ ਉਹ ਕਾਂਗਰਸ ਤੋਂ ਭਾਜਪਾ 'ਚ ਗਏ ਅਤੇ ਲੁਧਿਆਣੇ ਤੋਂ ਟਿਕਟ ਮਿਲ ਸਕਦੀ ਆ। ਪਰ ਧਰਮਵੀਰ ਗਾਂਧੀ ਜਿਨ੍ਹਾਂ ਨੇ ਸਿਆਸੀ ਸਫ਼ਰ ਹੀ ਆਪਣਾ ਆਮ ਆਦਮੀ ਤੋਂ ਸ਼ੁਰੂ ਕੀਤਾ ਸੀਗਾ, ਔਰ ਪਹਿਲੀ ਵਾਰ 'ਚ ਹੀ ਪਹਿਲੇ ਹੱਲੇ ਦੇ ਵਿੱਚ ਹੀ 2014 ਦੇ ਵਿੱਚ ਜਿਹੜਾ ਇਹ ਜਿੱਤ ਕੇ ਉੱਥੇ ਪਹੁੰਚ ਗਏ ਸੀਗੇ, ਲੋਕ ਸਭਾ ਦੇ ਵਿੱਚ ਪਹੁੰਚ ਗਏ ਸੀਗੇ, ਉਹ ਤੋਂ ਬਾਅਦ ਇਹਨਾਂ ਦੇ ਕਨਫਲਿਕਟਸ ਪੈਦਾ ਹੋ ਗਏ, ਇਹਨਾਂ ਨੇ ਪਾਰਟੀ ਛੱਡ ਦਿੱਤੀ, ਅਤੇ ਅੱਜ ਇੱਕ ਵਾਰ ਫਿਰ ਇਹਨਾਂ ਨੇ ਕਾਂਗਰਸ ਜੁਆਇਨ ਕੀਤੀ ਆ। ਪਰ ਕਾਂਗਰਸ ਜੁਆਇਨ ਕਰਨ ਦਾ ਆਮ ਆਦਮੀ ਪਾਰਟੀ ਨਾਲ ਰਲਗੜ ਇਹ ਹੈ ਕਿ ਇਸ ਵੇਲੇ ਸਾਰੀਆਂ ਪਾਰਟੀਆਂ ਇੰਡੀਆ ਬਲੋਕ ਦੇ ਵਿੱਚ ਇਕੱਠੀਆਂ ਨੇ। ਕੱਲ੍ਹ ਰੈਲੀ ਜਿਹੜੀ ਹੋਈ ਆ ਉਹਦੇ ਵਿੱਚ ਰਾਹੁਲ ਗਾਂਧੀ ਜਿਹੜੇ ਆ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਬੈਠੇ ਆ। ਅੱਜ ਦੀਆਂ ਅਖਬਾਰਾਂ ਦੀਆਂ ਹੈੱਡਲਾਈਨ ਦੇਖ ਸਕਦੇ ਹੋ ਕਿ ਕਿਵੇਂ ਦੋਵੇਂ ਜਣੇ ਸਲਾਹ ਕਰ ਰਹੇ ਆ ਵੀ ਭਾਈ ਕਰਨਾ ਕੀ ਆ, ਔਰ ਇਹ ਦੋਵੇਂ ਉਹੀ ਲੀਡਰ ਹੈ
ਜਦੋਂ ਇੱਕ ਦੂਜੇ ਦੇ ਖਿਲਾਫ ਸੀਗੇ ਤਾਂ ਭੰਡਦੇ ਹੁੰਦੇ ਸੀ ਇੱਕ ਦੂਜੇ ਨੂੰ। ਔਰ ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਜਿੱਥੇ ਰਾਹੁਲ ਗਾਂਧੀ ਅਤੇ ਭਗਵੰਤ ਮਾਨ ਇਕੱਠੇ ਸੀਗੇ ਤਾਂ ਇਹ ਆਪਸ 'ਚ ਗੱਲ ਵੀ ਕਰਨਾ ਪਸੰਦ ਨਹੀਂ ਸੀ ਕਰ ਰਹੇ। ਖੈਰ ਇਹ ਬੜੀ ਰੋਚਕ ਜੀ ਖੇਡ ਆ ਪੰਜਾਬ ਦੇ ਵਿੱਚ ਇਸ ਵੇਲੇ ਵੀ ਕੈਂਡੀਡੇਟ ਹੈ ਨਹੀਂ ਇਸ ਵੇਲੇ, ਵੀ ਲੀਡਰ ਹੈ ਨਹੀਂ, ਕੋਈ ਬੰਦਾ ਹੈ ਨਹੀਂ ਪੰਜਾਬ ਦੀ ਅਗਵਾਈ ਕਰਨ ਵਾਲਾ। ਹਰ ਜਗ੍ਹਾ ਤੋਂ ਬੰਦਾ ਕੋਈ ਇੱਧਰੋਂ ਉੱਧਰ ਆ ਰਿਹਾ, ਕੋਈ ਉੱਧਰੋਂ ਉੱਧਰ ਜਾ ਰਿਹਾ, ਕੋਈ ਸਮਝ ਵੀ ਨਹੀਂ ਲੱਗ ਰਹੀ। ਔਰ ਲੋਕ ਜਿਹੜੇ ਆ ਇਹ ਖੁਦ ਹੈਰਾਨ ਹੋ ਰਹੇ ਆ ਵੀ ਬੰਦਾ ਜਿਤਾਉਣੇ ਕਿਹੜੀ ਪਾਰਟੀ ਦੇ ਆ, ਭੰਗੜੇ ਕਿਸੇ ਪਾਰਟੀ 'ਚ ਪਾਈ ਦੇ ਆ, ਅਤੇ ਸ਼ਾਮ ਦੀ ਪਾਰਟੀ ਜਿਹੜੀ ਸ਼ਾਮ ਦੀ ਅਫੀਸ਼ੀਅਲ ਪਾਰਟੀ ਹੁੰਦੀ ਆ ਜਿਹਦੇ ਵਿੱਚ ਚਾਹ ਸਮੋਸੇ ਖਾਣੇ ਪੀਣੇ ਹੁੰਦੇ ਆ ਜਾਂ ਹੋਰ ਕੁਝ ਵੀ ਹੋ ਸਕਦਾ, ਉਹ ਕਿਸੇ ਹੋਰ ਪਾਰਟੀ ਵੱਲ ਹੋ ਜਾਂਦਾ। ਸਮਝ ਕੁਝ ਕਿਸੇ ਨੂੰ ਨਹੀਂ ਆ ਰਹੀ ਵੀ ਕਰਨਾ ਅਤੇ ਕਰਨਾ ਕੀ ਹੈ। ਅਗਰ ਪੰਜਾਬ ਦੇ ਵਿੱਚ ਇਹ ਮਾਹੌਲ ਰਹੇਗਾ, ਅਗਰ ਪੰਜਾਬ ਦੇ ਵਿੱਚ ਲੋਕਾਂ ਨੂੰ ਖਾਸ ਤੌਰ 'ਤੇ ਵੋਟਰਸ ਨੂੰ ਮਤਲਬ ਇੱਕ ਹਿਸਾਬ ਦਾ ਆਪਾਂ ਕਹਿ ਸਕਦੇ ਹਾਂ ਵੀ ਮੂਰਖ ਬਣਾਉਣ ਵਾਲੀ ਗੱਲ ਹੈ, ਸਮਝ ਹੀ ਕੁਝ ਨਹੀਂ ਲੱਗ ਰਹੀ, ਤਾਂ ਕੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਉਹ ਵੋਟਾਂ ਪਾਉਣਗੇ? ਲੋਕ ਕਿਸੇ ਉਮੀਦਵਾਰ 'ਤੇ ਭਰੋਸਾ ਕਰਨਗੇ? ਲੋਕ ਜਿਹੜੇ ਆ ਉਹ ਘਰਾਂ 'ਚ ਨਾ ਬਹਿਣਾ ਪਸੰਦ ਕਰਨਗੇ? ਲੋਕ ਕਹਿਣਗੇ ਯਾਰ ਠੀਕ ਹੈ ਅੱਜ ਛੁੱਟੀ ਆ, ਘਰ ਹੀ ਬਹਿੰਦੇ ਹਾਂ। ਔਰ ਜਦਕਿ ਇਹ ਸਾਡਾ ਜਮਹੂਰੀ ਹੱਕ ਹੈ, ਵੋਟ ਜ਼ਰੂਰ ਪਾਉਣੀ ਚਾਹੀਦੀ ਆ। ਸੋ ਕਿਤੇ ਨਾ ਕਿਤੇ ਜਿਹੜੇ ਲੋਕ ਆ ਉਹ ਇਸ ਵੇਲੇ ਪਰੇਸ਼ਾਨ ਆ, ਉਹ ਠੱਗਿਆ ਠੱਗਿਆ ਮਹਿਸੂਸ ਕਰ ਰਿਹਾ ਵੀ ਇਹ ਬਣ ਕੀ ਰਿਹਾ, ਜਿੱਦਾਂ ਕਦੀ ਰਵਨੀਤ ਬਿੱਟੂ ਇੱਕ ਪਾਰਟੀ ਛੱਡ ਕੇ ਦੂਸਰੀ ਚਲੇ ਜਾਂਦੇ ਆ, ਬੀਬੀ ਪ੍ਰਨੀਤ ਕੌਰ ਹੋਣੀ ਕਾਂਗਰਸ ਛੱਡ ਕੇ ਭਾਜਪਾ 'ਚ ਚਲੇ ਜਾਂਦੇ ਆ, ਸੁਸ਼ੀਲ ਰਿੰਕੂ ਦੀ ਟਿਕਟ ਅਨਾਊਂਸ ਹੋ ਗਈ, ਉਹ ਟਿਕਟ ਲੈ ਕੇ ਜਿਹੜਾ ਭਾਜਪਾ 'ਚ ਚਲੇ ਗਏ, ਉਹਨਾਂ ਦਾ ਨਾਮ ਅਨਾਊਂਸ ਹੋ ਗਿਆ, ਫਿਰ ਉਹ ਪਾਰਟੀ ਦੇ ਨਾਲ ਉਹਨਾਂ ਨੇ ਜਿਹੜਾ ਲਗਭਗ ਚੋਣ ਪ੍ਰਚਾਰ ਸ਼ੁਰੂ ਵੀ ਕਰ ਦਿੱਤਾ ਸੀ, ਉਹ ਤੋਂ ਬਾਅਦ ਉਹ ਭਾਜਪਾ 'ਚ ਚਲੇ ਗਏ। ਸੋ ਇਸੇ ਤਰ੍ਹਾਂ ਧਰਮਵੀਰ ਗਾਂਧੀ, ਖੈਰ ਇਹਨਾਂ ਨੂੰ ਟਿਕਟ ਅਨਾਊਂਸ ਤਾਂ ਨਹੀਂ ਹੋਈ ਸੀਗੀ ਕਿਸੇ ਪਾਰਟੀ ਵੱਲੋਂ, ਸ਼ਾਇਦ ਇਹ ਆਜ਼ਾਦ ਖੜ੍ਹੇ ਹੋ ਜਾਂਦੇ, ਪਰ ਹੁਣ ਇਹਨਾਂ ਨੂੰ ਇੱਕ ਪਲੈਟਫਾਰਮ ਮਿਲ ਗਿਆ, ਉਹ ਪਲੈਟਫਾਰਮ ਹੈ ਕਾਂਗਰਸ ਦਾ। ਅੱਜ ਇਹਨਾਂ ਨੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਆਫੀਸ਼ੀਅਲੀ ਜਿਹੜੀ ਹੈ ਛੱਡੀ ਹੋਈ ਜਿਹੜੀ ਸੀਗੀ ਪਾਰਟੀ ਇਹਨਾਂ ਨੇ, ਅੱਜ ਕਾਂਗਰਸ ਦਾ ਇਹਨਾਂ ਨੇ ਪੱਲਾ ਫੜ ਲਿਆ, ਅਤੇ ਹੋ ਸਕਦਾ ਕਿ ਇਹਨਾਂ ਨੂੰ ਪਟਿਆਲਾ ਤੋਂ ਟਿਕਟ ਵੀ ਦੇ ਦਿੱਤੀ ਜਾਵੇ। ਜਿੱਦਾਂ ਸਿਆਸਤਦਾਨ ਜਿਹੜੇ ਆ ਉਹ ਮੁੜੇ ਕੱਟਦੇ ਆ, ਇੱਦਾਂ ਹੀ ਇਸ ਵਾਰ ਲੱਗਦਾ ਵੀ ਪੰਜਾਬ ਦੇ ਵੋਟਰਸ ਵੀ ਜਿਹੜੇ ਆ ਉਹ ਕਿਸੇ ਦਾ ਸਾਥ ਨਹੀਂ ਦੇਣਗੇ। ਵੋਟਰਸ ਜਿਹੜੇ ਆ ਇਸ ਵਾਰੀ ਵਾਕਿਆ ਹੀ ਉਸ ਬੰਦੇ 'ਤੇ ਭਰੋਸਾ ਕਰਨਗੇ, ਉਸ ਉਮੀਦਵਾਰ ਦੇ ਉੱਤੇ ਜਿਹੜਾ ਵਿਸ਼ਵਾਸ ਕਰਨਗੇ, ਜਿਹੜਾ ਉਹਨਾਂ ਨੂੰ ਲੱਗੇਗਾ ਕਿ ਯਾਰ ਵਾਕਿਆ ਹੀ ਇਹ ਬੰਦਾ ਸੱਚਾ ਸੁੱਚਾ ਲੱਗਦਾ। ਕਿਉਂਕਿ ਲੀਡਰਸ ਗੱਲੀਬਾਤੀ ਤਾਂ ਬਹੁਤ ਸਾਰੇ ਸੱਚੇ ਸੁੱਚੇ ਬਣ ਕੇ ਵਿਖਾਉਣ ਦੀ ਕੋਸ਼ਿਸ਼ ਕਰਦੇ ਆ, ਪਰ ਮਹੀਨੇ 6 ਮਹੀਨੇ ਬਾਅਦ ਸਾਲ ਬਾਅਦ ਉਹਨਾਂ ਦਾ ਅਸਲੀ ਰੰਗ ਸਾਹਮਣੇ ਆ ਜਾਂਦਾ। ਔਰ ਇਹ ਸਭ ਦੇ ਵਿੱਚ ਕਈ ਥਾਵਾਂ ਦੇ ਉੱਤੇ, ਪਿੰਡਾਂ ਥਾਵਾਂ ਦੇ ਉੱਤੇ ਤਾਂ ਬੋਰਡ ਵੀ ਲੱਗ ਗਿਆ ਵੀ ਭਾਈ ਤੁਸੀਂ ਸਾਡੇ ਇੱਥੇ ਵੋਟ ਮੰਗਣ ਨਾ ਆਇਓ। ਸੋ ਸਥਿਤੀ ਪੰਜਾਬ ਦੀ ਜਿਹੜੀ ਹੈ ਇਸ ਵੇਲੇ ਬੜੀ ਰੌਚਕ ਅਤੇ ਗਹਿ ਗੱਚ ਭਰਪੂਰ ਬਣੀ ਹੋਈ ਹੈ ਕਿ ਪਾਰਟੀਆਂ ਕੈਂਡੀਡੇਟਸ ਇੱਧਰੋਂ ਉੱਧਰੋਂ ਫੜ ਰਹੀਆਂ, ਵੋਟਰ ਆਪਣੀ ਥਾਂ 'ਤੇ ਆ, ਵੋਟਰ ਨੇ ਵੋਟ ਪਾਉਣ ਜਾਣੀ ਆ, ਪਰ ਇਹ 1 ਜੂਨ ਨੂੰ ਵੋਟਰ ਡਿਸਾਈਡ ਕਰੇਗਾ ਵੀ ਉਹਨੇ ਵੋਟ ਕਿਹਨੂੰ ਪਾਉਣੀ ਆ ਅਤੇ ਕਿਹਨੂੰ ਉਹਨੇ ਨਕਾਰ ਦੇਣਾ। ਭਾਵਾਂ ਪਾਰਟੀਆਂ ਇੱਧਰੋਂ ਉੱਧਰੋਂ ਆਪਣੇ ਵੱਲੋਂ ਜਿਹੜਾ ਵੱਡੇ ਤੋਂ ਵੱਡਾ ਹੈਵੀਵੇਟ ਕੈਂਡੀਡੇਟ ਲਈ ਆਉਣ, ਇਹ ਫੈਸਲਾ ਜਿਹੜਾ 1 ਤਰੀਕ ਨੂੰ ਹੋਣਾ ਅਤੇ ਸਾਹਮਣੇ ਜਨਤਾ ਦੇ ਆ ਜਾਣਾ 4 ਜੂਨ ਨੂੰ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।